ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਆਪਣੇ ਘਰ ਦੇ ਵਿੱਚ ਪੁਰਾਣਾ ਇਨਵਰਟਰ ਲੱਗਾ ਹੁੰਦਾ ਇਸ ਨੂੰ ਸੋਲਰ ਇਨਵਰਟਰ ਬਣਾਉਣ ਦੇ ਬਾਰੇ ਦੇ ਵਿੱਚ। ਇਹ ਸਭ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਜਾਣਨੇ ਬਹੁਤ ਹੀ ਲਾਜ਼ਮੀ ਹਨ। ਆਓ ਸਭ ਤੋਂ ਪਹਿਲਾਂ ਆਪਾਂ ਇਹ ਹੀ ਜਾਣਦੇ ਹਾਂ ਆਪਾਂ ਨੂੰ ਇਹ ਸੋਲਰ ਲਗਾਉਣ ਦੀ ਜ਼ਰੂਰਤ ਕਿਉਂ ਹੈ। ਇਸ ਦੇ ਦੋ ਕਾਰਨ ਹੋ ਸਕਦੇ ਆ। ਇਸ ਦਾ ਜੋ ਪਹਿਲਾ ਕਾਰਨ ਆ ਕਿ ਬਿਜਲੀ ਦਾ ਬਿੱਲ ਘੱਟ ਕਰਨ ਦੇ ਲਈ, ਅਤੇ ਦੂਜਾ ਕਾਰਨ ਹੈ ਕਿ ਬਿਜਲੀ ਦੇ ਪਾਵਰ ਕੱਟ ਤੋਂ ਬਚਾਅ ਦੇ ਲਈ। ਯਾਨੀ ਜਦੋਂ ਪਾਵਰ ਕੱਟ ਲੱਗ ਜਾਵੇ ਤਾਂ ਆਪਾਂ ਨੂੰ ਇਹ ਪਤਾ ਨਾ ਲੱਗੇ ਵੀ ਪਾਵਰ ਕੱਟ ਲੱਗਾ ਹੈਗਾ, ਸੋਲਰ ਤੋਂ ਸਭ ਕੁਛ ਆਪਣੇ ਘਰ ਦਾ ਚੱਲਦਾ ਰਹੇ। ਹੁਣ ਆਪਾਂ ਸਭ ਤੋਂ ਪਹਿਲਾਂ ਜੀ ਨੰਬਰ ਇੱਕ ਵਾਲੀ ਗੱਲ ਹੀ ਸ਼ੁਰੂ ਕਰਦੇ ਹਾਂ ਕਿ ਕੀ ਇਸ ਦੇ ਨਾਲ ਬਿਜਲੀ ਦੇ ਬਿੱਲ ਦੀ ਬੱਚਤ ਹੋਵੇਗੀ। ਜੇ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਆਪਣੇ ਘਰ ਵਾਲੇ ਪੁਰਾਣੇ ਇਨਵਰਟਰ 'ਤੇ ਸੋਲਰ ਪਲੇਟਾਂ ਲਗਾ ਕੇ ਬਿਜਲੀ ਦਾ ਬਿੱਲ ਘੱਟ ਕਰ ਸਕਦੇ ਹਾਂ, ਇਹ ਇੱਕ ਵਹਿਮ ਹੀ ਰਹੇਗਾ। ਕਿਉਂਕਿ ਇਸ ਨਾਲ ਤੁਹਾਡਾ ਜੋ ਬਿਜਲੀ ਦਾ ਬਿੱਲ ਆ ਸਿਰਫ 20% ਤੱਕ ਹੀ ਘੱਟ ਹੋਵੇਗਾ ਜਾਂ ਉਹ ਵੀ ਨਹੀਂ ਹੋਵੇਗਾ। ਜੇਕਰ ਤੁਹਾਡਾ ਬਿੱਲ 1000 ਰੁਪਏ ਆਉਂਦਾ ਹੈ ਤਾਂ ਤੁਹਾਨੂੰ ਇਹ 800 ਰੁਪਏ ਆਵੇਗਾ, ਯਾਨੀ ਕਿ 200 ਰੁਪਏ ਦੀ ਤੁਹਾਡੀ ਬੱਚਤ ਹੋ ਸਕਦੀ ਹੈ 1000 ਪਿੱਛੇ, ਜੇ ਤੁਸੀਂ ਬਹੁਤ ਹੀ ਸੰਕੋਚ ਦੇ ਨਾਲ ਇਸ ਨੂੰ ਚਲਾਉਂਦੇ ਹੋ ਤਾਂ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਦੂਸਰਾ ਕਾਰਨ ਪਾਵਰ ਕੱਟ ਦੀ, ਤਾਂ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਸਾਡੇ ਘਰ ਦੇ ਵਿੱਚ ਇਨਵਰਟਰ 'ਤੇ ਸੋਲਰ ਲੱਗ ਗਿਆ ਹੈ ਹੁਣ ਬਿਜਲੀ ਦੀ ਕੋਈ ਚਿੰਤਾ ਨਹੀਂ, ਇਹ ਵੀ ਤੁਹਾਡਾ ਇੱਕ ਵਹਿਮ ਹੀ ਰਹੇਗਾ। ਇਸ ਦਾ ਕਾਰਨ ਵੀ ਜਾਣੋ। ਜਦੋਂ ਘਰ ਦੇ ਵਿੱਚ ਸੋਲਰ ਇਨਵਰਟਰ ਲੱਗ ਜਾਂਦਾ ਹੈ ਤਾਂ ਇਨਵਰਟਰ 'ਤੇ ਜੋ ਵੀ ਪੁਆਇੰਟ ਹਨ, ਪੱਖੇ, ਬੱਲਬ ਜਾਂ ਕੁਛ ਵੀ ਚੱਲਦਾ, ਆਪਾਂ ਉਸਨੂੰ ਦੱਬ ਕੇ ਚਲਾਉਂਦੇ ਹਾਂ, ਜਿਸ ਨਾਲ ਕੀ ਹੁੰਦਾ ਹੈ ਕਿ ਗਰਮੀ ਦੇ ਦਿਨਾਂ ਵਿੱਚ ਖਾਸ ਕਰਕੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਤਾਂ ਸਭ ਕੁਛ ਸਹੀ ਚੱਲਦਾ ਰਹਿੰਦਾ ਹੈ, ਕਿਉਂਕਿ ਉਸ ਸਮੇਂ ਜੋ ਸੂਰਜ ਦੀ ਰੋਸ਼ਨੀ ਆ ਉਹ ਪੂਰੀ ਮਿਲਦੀ ਰਹਿੰਦੀ ਆ। ਪਰ ਜਦੋਂ 3 ਵਜੇ ਤੋਂ ਬਾਅਦ ਸੂਰਜ ਦੀ ਰੋਸ਼ਨੀ ਘੱਟ ਹੁੰਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਹੌਲੀ ਹੌਲੀ ਬੈਟਰੀ ਵੀ ਡਾਊਨ ਹੋਣ ਲੱਗ ਪੈਂਦੀ ਹੈ, ਯਾਨੀ ਕਿ ਕੁਛ ਕੁਛ ਲੋਡ ਬੈਟਰੀ ਦੇ ਉੱਪਰ ਵੀ ਆਉਂਦਾ ਰਹਿੰਦਾ ਹੈ। ਪਰ ਇਹਦੇ ਨਾਲ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰ ਦੇਣੀ ਚਾਹਾਂ ਕਿ ਸੁਬਾਹ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਬਿਜਲੀ ਆਵੇ ਜਾਂ ਨਾ ਆਵੇ, ਜਦੋਂ ਸੂਰਜ ਦੀ ਰੋਸ਼ਨੀ ਪੂਰੀ ਹੁੰਦੀ ਹੈ ਤਾਂ ਉਸ ਸਮੇਂ ਇਨਵਰਟਰ ਦੀ ਮੇਨ ਸਪਲਾਈ ਇਹ ਆਟੋਮੈਟਿਕ ਹੀ ਬੰਦ ਹੋ ਜਾਂਦੀ ਹੈ ਜੀ। ਜਿਵੇਂ ਆਪਾਂ ਗੱਲ ਕੀਤੀ ਸੀ ਕਿ ਸੂਰਜ ਦੀ ਰੋਸ਼ਨੀ ਘੱਟ ਹੋਣ ਦੇ ਨਾਲ ਨਾਲ ਬੈਟਰੀ 'ਤੇ ਲੋਡ ਵੀ ਚੱਲਣ ਲੱਗ ਪੈਂਦਾ, ਜਿਸ ਦੇ ਕਾਰਨ ਕਿ ਜਿਵੇਂ ਜਿਵੇਂ ਸੂਰਜ ਦੀ ਰੋਸ਼ਨੀ ਘੱਟਦੀ ਜਾਂਦੀ ਆ ਉਵੇਂ ਉਵੇਂ ਬੈਟਰੀ ਦੇ ਉੱਪਰ ਲੋਡ ਜ਼ਿਆਦਾ ਹੁੰਦਾ ਜਾਂਦਾ ਹੈ, ਅਤੇ ਜਿਸ ਦੇ ਕਾਰਨ ਤਕਰੀਬਨ 9 ਵਜੇ ਤੱਕ ਜੋ ਆਪਣੇ ਇਨਵਰਟਰ ਦੇ ਉੱਪਰ ਲੱਗੀ ਹੋਈ ਬੈਟਰੀ ਉਹ ਬਿਲਕੁਲ ਡਾਊਨ ਹੋ ਜਾਂਦੀ ਹੈ ਜੀ। ਜੇਕਰ ਗਰਮੀ ਦੇ ਦਿਨਾਂ ਵਿੱਚ ਰਾਤ ਨੂੰ ਕਿਤੇ ਪਾਵਰ ਕੱਟ ਲੱਗ ਜਾਵੇ ਅਤੇ ਬੈਟਰੀ ਤਾਂ ਪਹਿਲਾਂ ਹੀ ਡਾਊਨ ਹੈ ਅਤੇ ਤੁਹਾਨੂੰ ਪੱਖੀਆਂ ਦੇ ਨਾਲ ਨਾਲ ਘਰਦਿਆਂ ਤੋਂ ਗਾਲਾਂ ਵੀ ਝੱਲਣੀਆਂ ਪੈਣਗੀਆਂ ਜੀ, ਕਿਉਂਕਿ ਗੁਆਂਢੀਆਂ ਦੇ ਜਿਨ੍ਹਾਂ ਦੇ ਸੋਲਰ ਨਹੀਂ ਲੱਗਾ ਹੋਇਆ ਉਹਨਾਂ ਦੇ ਪੱਖੇ ਚੱਲਦੇ ਪਏ ਆ ਅਤੇ ਤੁਹਾਡੇ ਜੋ ਛੱਤ ਦੇ ਉੱਪਰ ਸੋਲਰ ਵੀ ਲੱਗਾ ਅਤੇ ਤੁਹਾਡੇ ਪੱਖੇ ਵੀ ਬੰਦ ਪਏ ਆ। ਇਹ ਬਿਲਕੁਲ ਮੈਂ ਇੱਥੇ ਅਸਲੀਅਤ ਗੱਲ ਕੀਤੀ ਹੈ ਜੀ, ਇਸੇ ਤਰ੍ਹਾਂ ਹੀ ਹੁੰਦਾ ਹੈ। ਜਿਨ੍ਹਾਂ ਦੇ ਵੀ ਸੋਲਰ ਲੱਗਾ ਉਹ ਤੁਸੀਂ ਕਮੈਂਟ ਲਾਜ਼ਮੀ ਕਰਿਓ ਕਿ ਕੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ ਕਿ ਜਦੋਂ ਸ਼ਾਮ ਨੂੰ ਪਾਵਰ ਕੱਟ ਲੱਗ ਗਿਆ ਅਤੇ ਤੁਹਾਨੂੰ ਰਾਤ ਪੱਖੀਆਂ ਝੱਲ ਕੇ ਕੱਟਣੀ ਪਈ ਹੋਵੇ। ਅਤੇ ਫਿਰ ਆਪਾਂ ਗੱਲ ਕਰਾਂਗੇ ਕਿ ਜੇ ਬਿਜਲੀ ਦਾ ਬਿੱਲ ਨਹੀਂ ਘੱਟਦਾ, ਪਾਵਰ ਕੱਟ ਦਾ ਕੋਈ ਫਾਇਦਾ ਨਹੀਂ, ਫਿਰ ਆਪਾਂ ਨੂੰ ਕੀ ਇਸ ਨੂੰ ਲਗਾਉਣ ਦਾ ਫਾਇਦਾ ਹੈ, ਇਹ ਜਾਣਨਾ ਵੀ ਜ਼ਰੂਰੀ ਆ। ਤੁਹਾਨੂੰ ਇਹ ਬਹੁਤ ਹੀ ਸੰਕੋਚ ਕੇ ਵਰਤਣਾ ਪਵੇਗਾ। ਸਭ ਤੋਂ ਜ਼ਿਆਦਾ ਫਾਇਦਾ ਉਹ ਲੋਕ ਲੈਂਦੇ ਆ ਜੀ ਜੋ ਮੰਨ ਕੇ ਚੱਲੋ ਵੀ ਆਪਣਾ ਦਿਨ ਦੇ ਸਮੇਂ ਆਪਣੀ ਦੁਕਾਨ ਦੇ ਉੱਪਰ ਕੰਮ ਕਰਦੇ ਆ ਜਾਂ ਹੋਰ ਕਿਸੇ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਆ ਜੀ। ਜਿੱਥੇ ਜਿੱਥੇ ਦਿਨ ਦੇ ਸਮੇਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਇਹ ਸਭ ਤੋਂ ਜ਼ਿਆਦਾ ਫਾਇਦਾ ਦਿੰਦਾ। ਉਹਨਾਂ ਦਾ ਬਿਜਲੀ ਦਾ ਬਿੱਲ ਵੀ ਘੱਟਦਾ ਅਤੇ ਪਾਵਰ ਕੱਟ ਦੇ ਨਾਲ ਵੀ ਉਹਨਾਂ ਦਾ ਕੋਈ ਮਸਲਾ ਨਹੀਂ ਰਹਿੰਦਾ। ਉਹਦਾ ਕਾਰਨ ਇਹ ਆ ਕਿ ਸੁਬਾਹ ਤਕਰੀਬਨ 9 ਵਜੇ ਤੱਕ ਦੁਕਾਨ ਖੁੱਲ੍ਹਦੀ ਆ ਅਤੇ ਰਾਤ ਨੂੰ 7 ਤੋਂ 8 ਵਜੇ ਤੱਕ ਦੁਕਾਨ ਬੰਦ ਹੋ ਜਾਂਦੀ ਹੈ ਜੀ। ਇੰਨੇ ਸਮੇਂ ਦੇ ਵਿੱਚ ਦਿਨ ਦੇ ਸਮੇਂ ਦੇ ਵਿੱਚ ਹੀ ਸੋਲਰ ਚੱਲਦਾ ਰਹਿੰਦਾ, ਅਤੇ ਜੇ ਰਾਤ ਨੂੰ 8 ਜਾਂ 9 ਵਜੇ ਬੈਟਰੀ ਡਾਊਨ ਵੀ ਹੋ ਜਾਊਗੀ ਤਾਂ ਫਿਰ ਉਹਦੇ ਵਿੱਚ ਕੋਈ ਮਸਲਾ ਨਹੀਂ, ਕਿਉਂਕਿ ਅਗਲੇ ਦਿਨ ਫਿਰ ਸੁਬਾਹ ਤੋਂ ਬੈਟਰੀ ਚਾਰਜ ਹੋਣ ਲੱਗ ਪੈਣੀ ਆ ਧੁੱਪ ਨਿਕਲਣ ਦੇ ਨਾਲ। ਜੋ ਦੁਕਾਨਦਾਰ ਆ ਉਹਨਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਜੀ। ਹੁਣ ਜੇਕਰ ਆਪਾਂ ਇਸ ਨੂੰ ਘਰ ਦੇ ਵਿੱਚ ਲਗਾ ਰਹੇ ਹਾਂ ਤਾਂ ਫਿਰ ਆਪਾਂ ਨੂੰ ਕੀ ਕਰਨਾ ਪਵੇਗਾ? ਇਹਦੇ ਲਈ ਆਪਾਂ ਨੂੰ ਜੀ 3 ਕੰਮ ਕਰਨੇ ਪੈਣਗੇ। ਸੁਬਾਹ ਨਿੱਤ 8 ਵਜੇ ਇਨਵਰਟਰ ਦੀ ਜੋ ਮੇਨ ਸਪਲਾਈ ਆ ਉਹ ਬੰਦ ਕੀਤੀ ਜਾਵੇ ਅਤੇ ਸ਼ਾਮ ਨੂੰ 5 ਵਜੇ ਮੇਨ ਸਪਲਾਈ ਚਾਲੂ ਕੀਤੀ ਜਾਵੇ। ਇਹ ਕੰਮ ਤੁਸੀਂ 3 ਤਰੀਕਿਆਂ ਦੇ ਨਾਲ ਕਰ ਸਕਦੇ ਹੋ। ਨੰਬਰ 1, ਕਿ ਇੱਕ ਬੰਦੇ ਦੀ
ड्यूटी इस काम पर लगाई जाए कि भाई तू सुबह 8 बजे इनवर्टर की स्विच बंद कर देनी आ ते शाम नू इनवर्टर की स्विच लगा देनी है, यानी कि जो इनवर्टर नू बिजली मिल रही है ग्रिड तो सप्लाई मिल रही है उसनू बंद करन ते चालू करन दी मैं गल कीती है जी। पर यह काम थोड़ा मुश्किल आ जी, क्योंकि हर आदमी नू ये थोड़ा मुश्किल हो जाएगा। उस तो बाद एक काम आपां होर कर सकते हैं, कोई अजिहा जुगाड़ बनाया जाए जां एक टाइमर लगाया जाए जो ये काम कर सके कि सुबह इनवर्टर की मेन सप्लाई बंद हो जाए तो शाम को चालू हो जाए 5 बजे के आसपास। तीजा काम एक होर हो सकता कि जो तुहाडा इनवर्टर आ जां SMU आ सोलर मैनेजमेंट यूनिट इहदे विच अजिहा फीचर होवे जिस दी आपां सैटिंग इस तरह कर सकीए कि शाम को 5 बजे जो इनवर्टर आ उह मेन मोड ते आ जाए तो सुबह 8 बजे यह इनवर्टर मोड ते चलिया जाए। इस तरह के मैं ज़्यादा इनवर्टर नहीं देखे, पर मैं एक इनवर्टर देखिया UTL गामा प्लस या UTL जिसनों जिमें कि ईस्टमैन वगैरह को बना के देंगे इन्होंने यह फीचर पाए गए हैं जी। ये तुसी सर्विस मीनू के जाके सैटिंग कर सकते हो जी। तो जे आप अपने घर वाले इनवर्टर ही सोलर वाला बनाना चाहते हैं तो फिर मैं एक देखिया जी आशा पावर कंपनी का SMU सोलर मैनेजमेंट यूनिट जो कि MPPT भी आ, तो ये भी यह सैटिंग दिखाई हुई जी। इस दे तुसी सर्विस मीनू के जाके इस दी सैटिंग कर सकते हो। इसनू कहा जाता जी ग्रिड रीकनैक्टड, यानी कि ग्रिड के नाल द्वारा कनैक्ट होना, तो वो डिपेंड होंदा जी बैटरी के वोल्टेज पर। जो तुहाडी बैटरी के 11 वोल्ट रह जाएंगे उस समय यह रीकनैक्ट होगा। उस तो बाद एक सैटिंग होंगी जी 11.5 वोल्ट, एक सैटिंग होंगी 11.8 वोल्ट, एक सैटिंग होंगी जी 12 वोल्ट पर। हुण ये आपां अपने लोड के हिसाब के नाल सैट करांगे कि किन्ने वोल्टेज पर जाके इसनू रीकनैक्ट करना, पर मतलब कि ये चीज़ आ कि आम बंदे दे आपां कह सकते बस का नहीं गा। जिहड़ा बंदा थोड़ा टैक्नीकल नॉलेज रखता वो इसका ज़्यादा फायदा लै सकता जी। बाकी मैं पूरी खोल के यह गल तुहानू दस दित्ती है जी। उस तो बाद आपां जी एक वीडियो बनावांगे, तो जे आपां घर वाले इनवर्टर नूं सोलर ते करना होवे ते उहदी मैं एक प्रॉपर वीडियो तुहानूं बना के दस दूंगा, उहदे विच खर्चा वगैरह भी सारा कुछ दस देवांगा जी। जिहड़ी अज आपां गल कीती है इह सिंगल बैटरी वाला जिहड़ा इनवर्टर हुंदा इहदे उपर जो आपां 2 सोलर प्लेटां 330 वाट दीआं जां 150-150 वाट दीआं 4 प्लेटां लगा के चलाउणे आ उहनां बारे मैं गल कीती है जी। इस तो वड्डा सिस्टम हुंदा जी 2 बैटरियां वाला जिन्हों 2 किलोवाट कह दिंदे आ, उहदी आपां पूरी जानकारी दी वीडियो अगली बनावांगे जिहदे विच पूरी डिटेल दे नाल गलबात करांगे। अज दी वीडियो अपनी इन्नी सी जी। जे वीडियो वधिया लगे तां अगे शेयर लाजमी कर दिओ जी। वीडियो वेखण दे लई तुहाडा बहुत बहुत धन्नवाद जी।